ਜਨਾਬ ਗੱਲ ਹੋ ਮੇਰਾ ਗੱਲ ਦੇਖ ਨਾ ਮੈਂ ਕਹਿੰਦਾ ਛੱਡ ਦੋ ਗਾਲਾਂ ਕੱਢਦਿਆਂ ਇਹ ਲੋਕ ਜਿਸ ਸ਼ਖਸ ਦੀ ਕੁੱਟਮਾਰ ਕਰ ਰਹੇ ਨੇ ਇਸ ਦੇ ਵੱਲੋਂ ਕਿਸੇ ਦੇ ਘਰ ਅੱਗੇ ਆਪਣੀ ਕਾਰ ਖੜੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਾਰਾ ਹੀ ਮਹੱਲਾ ਇਕੱਠਾ ਹੋ ਗਿਆ ਤੇ ਜੰਮ ਕੇ ਇਸ ਸ਼ਖਸ ਦੀ ਕੁੱਟਮਾਰ ਕੀਤੀ ਗਈ ਹੈ। ਦਰਅਸਲ ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਇਸ ਗਲੀ ਦੇ ਵਿੱਚ ਇੱਕ ਹੋਟਲ ਚੱਲ ਰਿਹਾ ਹੈ। ਹੋਟਲ ਦੇ ਵਿੱਚ ਪਾਰਕਿੰਗ ਨਾ ਹੋਣ ਕਾਰਨ ਹੋਟਲ ਚ ਆਉਣ ਵਾਲੇ ਸਾਰੇ ਹੀ ਵਿਅਕਤੀ ਲੋਕਾਂ ਦੇ ਘਰਾਂ ਅੱਗੇ ਆਪਣੀਆਂ ਕਾਰਾਂ ਖੜੀਆਂ ਕਰ ਦਿੰਦੇ ਨੇ ਜਿਸ ਕਰਕੇ ਇਲਾਕਾ ਵਾਸੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਵੱਡੀ ਗੱਲ ਇਹ ਹੈ ਕਿ ਇਹਨਾਂ ਕਾਰਾਂ ਦੇ ਵਿੱਚ ਬੈਠ ਕੇ ਕਈ ਵਾਰ ਤਾਂ ਇਹ ਲੋਕ ਸ਼ਰਾਬ ਵੀ ਪੀ ਰਹੇ ਹੁੰਦੇ ਨੇ ਜਿਸ ਕਰਕੇ ਇਲਾਕਾ ਵਾਸੀਆਂ ਦੇ ਵੱਲੋਂ ਕਈ ਵਾਰ ਇਤਰਾਜ਼ ਵੀ ਜ਼ਾਹਰ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਇਹ ਝਗੜਾ ਵੀ ਇਸੇ ਗੱਲ ਨੂੰ ਲੈ ਕੇ ਹੋਇਆ ਹੈ ਕਿ ਇਸ ਸ਼ਖਸ ਦੇ ਵੱਲੋਂ ਕਿਸੇ ਦੇ ਬੂਹੇ ਅੱਗੇ ਗੱਡੀ ਖੜੀ ਕੀਤੀ ਗਈ ਸੀ। ਮਾਮੂਲੀ ਜਿਹੀ ਬਹਿਸ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਫਿਰ ਖੂਨੀ ਝੜਪ ਚ ਬਦਲ ਜਾਂਦੀ ਹੈ। ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਫਿਰ ਇਸ ਲੜਾਈ ਨੂੰ ਛੁਡਾਇਆ ਜਾਂਦਾ ਹੈ। ਤਸਵੀਰਾਂ ਅੰਮ੍ਰਿਤਸਰ ਦੇ ਹੀ ਸ਼੍ਰੀ ਦਰਬਾਰ ਸਾਹਿਬ ਨੇੜੇ ਬਣੇ ਇੱਕ ਹੋਟਲ ਦੇ ਬਾਹਰ ਦੀਆਂ ਨੇ ਜਿੱਥੇ ਗਲੀ ਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਨਿੱਜੀ ਹੋਟਲ ਚੱਲ ਰਿਹਾ ਹੈ ਤੇ ਕਾਰ ਪਾਰਕਿੰਗ ਨਾ ਹੋਣ ਕਾਰਨ ਇੱਥੇ ਜਿੰਨੇ ਵੀ ਹੋਟਲ ਦੇ ਵਿੱਚ ਵਿਅਕਤੀ ਆਉਂਦੇ ਨੇ ਉਹ ਆਪਣੀਆਂ ਗੱਡੀਆਂ ਲੋਕਾਂ ਦੇ ਘਰਾਂ ਦੇ ਬਾਹਰ ਖੜਾ ਦਿੰਦੇ ਨੇ। ਇਸੇ ਕਾਰਨ ਹੀ ਇਲਾਕਾ ਵਾਸੀ ਪਰੇਸ਼ਾਨ ਨੇ ਤੇ ਉਹਨਾਂ ਦੇ ਵੱਲੋਂ ਹੀ ਕਾਰ ਖੜਾਉਣ ਵਾਲੇ ਇਸ ਸ਼ਖਸ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਫੈਮਲੀ ਵਾਲੇ ਹਾਂ ਤੇ ਸਾਡੀਆਂ ਧੀਆਂ ਭੈਣਾਂ ਨੂੰ ਇੱਥੋਂ ਲੰਘਦਿਆਂ ਸ਼ਰਮ ਆਉਂਦੀ ਹੈ ਕਿਉਂਕਿ ਗੱਡੀਆਂ 'ਚ ਬੈਠ ਕੇ ਇਹ ਲੋਕ ਸ਼ਰਾਬ ਪੀ ਰਹੇ ਹੁੰਦੇ ਨੇ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਹੋਟਲ ਨੂੰ ਇੱਥੋਂ ਹਟਵਾਇਆ ਜਾਏ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਇਸ ਹੋਟਲ ਮਾਲਕ ਦੇ ਖਿਲਾਫ਼ ਵੀ ਹੋਵੇ। ਭਾਅ ਜੀ ਮੇਰਾ ਨਾਮ ਰਾਵਿਸ਼ ਖੁੱਲਰ ਆ ਅਤੇ ਮੈਂ ਬਾਗ ਰਾਮਾਨੰਦ ਦੇ ਵਿੱਚ ਮੇਰੇ ਬ੍ਰਦਰ ਦਾ BNB ਹੈਗਾ ਅਤੇ ਉਹ ਉੱਥੇ ਮਤਲਬ ਆਪਣੀ ਫੈਮਲੀ ਨਾਲ ਬਾਹਰ ਗਏ ਹੋਏ ਸੀ ਠੀਕ ਆ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਮਤਲਬ ਮੈਨੇਜ ਕਰ ਲਾ ਥੋੜ੍ਹੀ ਦੇਰ ਕਿ ਮੈਂ ਡਿਊਟੀ ਵਾਲਾ ਤਾਂ ਰਹਿੰਦਾ ਵਾ ਤਾਂ ਤੂੰ ਇੱਥੇ ਰਹਿ ਪਾ ਤਾਂ ਤੂੰ ਵੇਖ ਲਈ ਮਾੜਾ ਮੋਟਾ BNB। ਮੈਂ BNB ਉਹਨਾਂ ਦਾ ਦੇਖ ਰਿਹਾ ਸੀਗਾ ਰਾਤੀ ਮੈਂ ਰੋਟੀ ਦੇਣ ਆਇਆ ਆਪਣੇ ਮੇਰਾ ਬ੍ਰਦਰ ਇਨ ਲੋ ਉੱਥੇ ਸੀਗਾ ਉਹਨੂੰ ਮੈਂ ਰੋਟੀ ਦੇਣ ਆਇਆ ਉੱਥੇ ਅਤੇ ਆਉਂਦਿਆਂ ਨੂੰ ਇੱਕ ਬੰਦਾ ਸੀ ਮੁਹੱਲੇ ਦੇ ਪੰਜ ਲੋਕ ਹੈਗੇ ਆ ਠੀਕ ਆ ਮੈਨੂੰ ਐਗਜੈਕਟਲੀ ਨਾਂ ਨਹੀਂ ਪਤਾ ਜੀ ਉਹਨਾਂ ਦਾ ਠੀਕ ਆ ਉਹ ਪੰਜੋ ਜਣੇ ਰੋਜ਼ ਸ਼ਰਾਬ ਪੀਂਦੇ ਆ ਗਏ ਗਲੀ ਦੇ ਵਿੱਚ ਗੱਡੀ 'ਚ ਬਹਿ ਕੇ ਸ਼ਰਾਬ ਪੀਂਦੇ ਸੀ ਅਤੇ ਅੱਜ ਵੀ ਸ਼ਰਾਬ ਪੀਤੀ ਹੋਈ ਪੀ ਕੇ ਆਏ ਆ ਕੇ ਇਹਨਾਂ ਨੇ ਮੈਨੂੰ ਇੱਕ ਅੱਧੀ ਪਹਿਲਾਂ ਵੀ ਇਹਨਾਂ ਨੇ ਗੱਡੀ ਗੁੱਡੀ ਲੱਗੀ ਕਿਤੇ ਮੈਨੂੰ ਆ ਕੇ ਇਹਨਾਂ ਨੇ ਗਾਲਾਂ ਕੱਢੀਆਂ ਉਦੋਂ ਵੀ ਅਤੇ ਮੈਂ ਇਹਨਾਂ ਨੂੰ
ਕੁਛ ਨਹੀਂ ਮੈਂ ਉਸ ਟਾਈਮ ਦੀ ਗੱਲ ਮੈਂ ਚਲੋ ਆਪਾਂ ਕੰਮ ਕਰਨਾ ਭਾਅ ਜੀ ਅਸੀਂ ਗਲਤ ਕੰਮ ਕੀ ਕਰਨਾ ਸੀਗਾ ਚਲੋ ਠੀਕ ਹੈ ਭਾਈ ਸੁਣ ਲਈ ਗੱਡੀ ਚੁੱਕ ਕੇ ਪਰਾਂ ਕਰ ਲਈ ਅੱਜ ਮੈਂ ਗੱਡੀ ਆਪਣੀ ਮੇਰੀ ਗੱਡੀ ਮੈਂ ਰੋਟੀ ਦੇ ਰਹਾਂ ਸਿਰਫ ਠੀਕ ਆ ਜੋ ਸਬੂਤ ਸਾਰੇ ਆਪਣੇ ਕੋਲ ਜਦੋਂ ਮੈਂ ਗੱਡੀ ਕੱਢੀ ਆ ਪਿੱਛੋਂ ਹਾਰਨ ਮਾਰਨ ਲੱਗ ਪਏ ਮੈਂ ਇੱਕ ਮਿੰਟ ਰੋਜ਼ ਮੈਂ ਗੱਡੀ ਬੈਕ ਕੀਤੀ ਆਪਣੀ ਕਿਉਂਕਿ ਮੈਨੂੰ ਗਲੀ 'ਚ ਮੋੜਨੀ ਸੀ ਬੈਕ ਕਰਕੇ ਮੈਂ ਗਲੀ 'ਚ ਮੋੜ ਕੇ ਮੈਂ ਸਿੱਧੀ ਕਰਕੇ ਮੈਂ ਹੋਟਲ ਦੇ ਬਾਹਰ ਉੱਥੇ ਜਿਹੜਾ ਆਪਣਾ BNB ਉਹਦੇ ਬਾਹਰ ਲਾ ਲਈ ਅਤੇ ਇਹ ਭਾਅ ਜੀ ਇੱਥੋਂ ਇੱਕ ਹੈਗੇ ਸੀ ਪਤਾ ਨਹੀਂ ਕੌਣ ਹੈਗੇ ਮੈਨੂੰ ਗਲੀ ਮਹੱਲੇ ਦੇ ਹੀ ਆ ਉਹਨਾਂ ਨੇ ਜਿਨ੍ਹਾਂ ਦੀ ਗੱਡੀ ਚੱਲਦੀ ਪਈ ਉਹਨਾਂ ਨੇ ਮੈਨੂੰ ਗਾਲ ਉਹਨਾਂ ਨੇ ਮੈਨੂੰ ਗਾਲ ਕੱਢੀ ਮੈਨੂੰ ਉੱਥੋਂ ਗੱਡੀ 'ਚ ਉਹਨਾਂ ਗਾਲ ਕੱਢੀ ਅਤੇ ਮੈਂ ਉੱਥੇ ਖਲੋਤਾ ਮੈਂ ਮੈਨੂੰ ਕੱਲ੍ਹ ਹੀ ਗਾਲ ਕੱਢ ਕੇ ਮੈਂ ਕੀ ਕਿਹਾ ਉਹਨਾਂ ਨੂੰ ਠੀਕ ਆ ਮੈਂ ਜਾ ਕੇ ਉਹਨਾਂ ਦੇ ਕੋਲ ਗਿਆ ਮੈਂ ਭਾਅ ਜੀ ਗਾਲ ਕਰ ਲਈ ਗੱਡੀ ਮੇਰੀ ਤੁਹਾਡਾ ਨਕੀ ਲੈਣਾ ਦੇਣਾ ਅਤੇ ਉੱਥੇ ਕਿਸੇ ਨੂੰ ਸ਼ਫੀ ਬਾਈ ਕਹਿਣ ਦੇ ਸੀ ਕਹਿੰਦੇ ਆਪਾਂ ਗਾਲ ਕੱਢੀ ਮੈਨੂੰ ਕਿ ਆਪਾਂ ਇਹਨਾਂ ਦਾ ਇੱਦਾਂ ਜਿਹੜਾ ਉਹ ਕਰ ਦਾਂਗੇ ਮੈਂ ਕਿਹਾ ਭਾਅ ਜੀ ਮੈਂ ਤੁਹਾਡਾ ਕੀ ਵਿਗਾੜਿਆ ਮੈਂ ਤਾਂ ਕੰਮ ਕਰਨਾ ਇੱਥੇ ਸਭ ਕੈਮਰੇ ਭਾਅ ਜੀ ਸਭ ਕੁਛ ਭਾਅ ਜੀ ਮੈਨੂੰ ਨਹੀਂ ਪਤਾ ਲੀਡਰ ਆ ਕਿ ਨਹੀਂ ਮੈਨੂੰ ਇੰਨਾ ਗੱਲ ਪਤਾ ਕਿ ਜਿਹੜਾ ਉਹ ਬੰਦੇ ਜਿਹਨੇ ਗਾਲ ਕੱਢੀ ਉਹਦੀ ਸ਼ਾਇਦ ਕੋਈ ਗੌਰਮੈਂਟ ਜੋਬ ਆ ਜਾਂ ਉਹਦੀ ਕੋਈ ਚੱਲਦੀ ਚੁਲਦੀ ਸ਼ਾਇਦ ਉਹਨੇ ਮੈਨੂੰ ਤਾਂ ਇੱਦਾਂ ਕਿਹਾ ਮੈਨੂੰ ਨਹੀਂ ਪਤਾ ਦੀ ਗੌਰਮੈਂਟ ਜੋਬ ਹੈ ਵੀ ਹੈ ਕਿ ਲੀਡਰ ਦੇ ਹੱਥ ਮੈਨੂੰ ਨਹੀਂ ਪਤਾ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਭਾਅ ਜੀ ਇੰਨੀ ਆ ਕਿ ਮੇਰੇ ਫਾਦਰ ਸਾਹਿਬ ਦਾ ਮੇਰੇ ਬ੍ਰਦਰ ਇਨ ਲੋਅ ਦਾ ਮੇਰਾ ਅਤੇ ਮੇਰੇ ਫਾਦਰ ਇਨ ਲੋਅ ਦਾ ਇਹਨਾਂ ਦਾ ਇਹਨਾਂ ਨੇ ਬੇਵਜ੍ਹਾ ਠੀਕ ਆ ਪੁਲਿਸ ਦੇ ਸਾਹਮਣੇ PCR ਦੇ ਸਾਹਮਣੇ PCR ਖਲੋਤੀ ਉੱਥੇ ਆ ਗਏ ਸਾਹਮਣੇ ਕਿਰਪਾਨਾਂ ਚੱਲਣ ਦੀਆਂ ਸਾਹਮਣੇ ਮੁੱਠੀਆਂ ਚੱਲਣ ਦੀਆਂ ਕਿਰਪਾਨਾਂ ਦੀਆਂ ਠੀਕ ਆ ਚਪੇੜਾਂ ਚੱਲਣ ਦੀਆਂ ਵਾ ਠੀਕ ਆ ਆਪਾਂ ਚਾਰ ਜਣੇ ਪੰਜ ਜਣੇ ਆ ਮੇਰੇ ਸਾਹਮਣੇ ਕਰੋੜ 15 ਕੁ ਜਣੇ ਹੋਣੇ ਮੁਹੱਲੇ 'ਚ ਖਲੋਤੇ ਅਤੇ ਕੁੱਟ ਮਾਰ ਹੁੰਦੀ ਆ ਠੀਕ ਆ ਅਸੀਂ ਹੋਟਲ ਦੇ ਅੰਦਰ ਬੂਹਾ ਬੰਦ ਕਰਕੇ ਬਹਿ ਗਏ ਕਿ ਪਤਾ ਨਹੀਂ ਕੀ ਗੱਲ ਸਿਰ ਸੁਰ ਪਹਿਲਾਂ ਪਾੜਦਾ ਇਹਨਾਂ ਨੇ ਦੁਬਾਰਾ ਪੁਲਿਸ ਆਉਂਦੇ ਭਾਅ ਅਸੀਂ ਬਾਹਰ ਨਿਕਲੇ ਚੱਲ ਪੁਲਿਸ ਆ ਗਈ ਹੁਣ ਤਾਂ ਕੋਈ ਗੱਲ ਨਹੀਂ ਹੈ ਉਹ ਤੋਂ ਬਾਅਦ ਅਸੀਂ ਬਾਹਰ ਨਿਕਲੇ ਤੁਹਾਡੇ ਸਾਹਮਣੇ ਸਾਹਮਣੇ ਕੁੱਟਣਾ ਸ਼ੁਰੂ ਕਰਤਾ ਠੀਕ ਮੰਗ ਭਾਅ ਜੀ ਬਸ ਇੰਨੀ ਆ ਕਿ ਜਾਂ ਤਾਂ ਉਹਨਾਂ ਨੂੰ ਪਰਚਾ ਦਿਉ ਠੀਕ ਆ ਪਰਚੇ ਚਾਹੀਦਾ ਸਾਨੂੰ ਫਿਰ ਹੁਣ ਜਦ ਸਿਰ ਪਾਟਾ ਤਾਂ ਅਸੀਂ ਪਰਚੇ ਮੰਗਾਂਗੇ ਠੀਕ ਹੁਣ ਉਹਨਾਂ ਦੀ ਜੇ ਕਦੇ ਅਸੀਂ ਸਾਨੂੰ ਇਨਸਾਫ ਚਾਹੀਦਾ ਜੇ ਅੱਗੇ ਕੋਈ ਹੋਰ ਉਹਨਾਂ ਦੀ ਵੱਲੋਂ ਸਿਫਾਰਿਸ਼ ਆਵੇ ਸਾਨੂੰ ਨਹੀਂ ਪਤਾ ਉਸ ਗੱਲ ਦਾ ਪਰ ਸਾਨੂੰ ਇਨਸਾਫ ਹੀ ਚਾਹੀਦਾ ਭਾਅ ਜੀ ਹਾਂਜੀ ਭਾਅ ਜੀ ਕੀ ਨਾਮ ਤੁਹਾਡਾ ਅਤੇ ਕੀ ਗੱਲ ਹੋਈ ਮੈਂ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਮੈਂ ਵਸਨੀਕ ਬਾਗਰਾਮਾਨ ਦਾ ਰਹਿਣ ਵਾਲਾ ਹਾਂ ਸਾਨੂੰ ਕਿਸੇ ਤੋਂ ਕੋਈ ਤੰਗੀ ਨਹੀਂ ਗੀ ਪਰ ਜਿਹੜੇ ਹੈ ਹੁਣ ਲੀਜ਼ 'ਤੇ ਹੋਟਲ ਜਾ ਰਹੇ ਨੇ ਉਹਦੇ 'ਚ ਕੀ ਹੈਗਾ ਕਿ ਇੱਕ ਤਾਂ ਕਾਰ ਪਾਰਕਿੰਗ ਦੀ ਬਹੁਤ ਸਮੱਸਿਆ ਹੈਗੀ ਆ ਸਮੱਸਿਆ ਹੋਣ ਦੇ ਨਾਲ ਨਾਲ ਇਹ ਗੱਡੀਆਂ 'ਚ ਬਹਿ ਕੇ ਸ਼ਰਾਬਾਂ ਪੀਂਦੇ ਨੇ ਟੂਰਿਸਟ ਨੂੰ ਤੁਸੀਂ ਰੋਕ ਨਹੀਂ ਸਕਦੇ ਹੋਟਲ ਵਾਲੇ ਦੇ ਕੋਈ ਠੇਕੇ 'ਤੇ ਲਏ ਨੇ ਉਹਨਾਂ ਨੂੰ ਕੋਈ ਆਪੱਤੀ ਨਹੀਂ ਲੱਗਦੀ ਉਹਦੇ ਕਰਕੇ ਸਾਡੀਆਂ ਜਿਹੜੇ ਵਸਨੀਕ ਨੇ ਉਹਨਾਂ ਦੀਆਂ ਗੱਡੀਆਂ ਨਹੀਂ ਲੱਗਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਇਹ ਗੁੰਡਾਗਰਦੀ ਕਰਦੇ ਨੇ ਨਾਲ ਉੱਥੇ ਕਿ ਸਾਡਾ ਹੋਟਲ ਲਿਆ ਸੀ ਲੀਜ਼ 'ਤੇ 2 ਲੱਖ 3 ਲੱਖ ਪਤਾ ਨਹੀਂ ਕਿੰਨੇ ਕਿੰਨੇ ਦਾ ਹੋਟਲ ਲੈਂਦੇ ਨੇ ਅਤੇ ਇਹ ਨਾਲ ਨਾਲ ਗੁੰਡੇ ਪਾਲਦੇ ਨੇ ਉੱਥੇ ਗੁੰਡੇ ਪਾਲੇ ਦੇ ਅੱਜ ਇਹ ਨਤੀਜਾ ਹੋਇਆ ਜੀ ਕਾਰ ਲਾਂਗੇ ਇੱਕ ਬੰਦਾ ਕਾਰ 'ਚ ਉਤਰਦਾ ਮੈਂ ਤੂੰ ਕਹਿੰਦਾ ਕਾਰ 'ਚੋਂ ਕੀ ਬੋਲਿਆ ਮੈਨੂੰ ਦੱਸੋ ਕੋਈ ਬੰਦਾ ਸੋਚ ਸਕਦਾ ਕਿ ਕਾਰ 'ਚ ਬੰਦਾ ਕੀ ਬੋਲਦਾ ਮੈਂ ਬੰਦ ਹੋਣ 'ਚ ਕੌਣ ਸੋਚ ਸਕਦਾ ਕੌਣ ਸੋਚਦਾ ਮੈਨੂੰ ਕੀ ਬੋਲਿਆ ਆਉਂਦਿਆਂ ਦੇ ਗੱਲ ਪੈ ਗਿਆ ਗੱਲ ਪਰ ਤੋਂ ਬਾਅਦ 2, 4, 6, 7 ਘਰ ਦੇ ਹੀ ਮੈਂਬਰ ਇੰਨੇ ਇਕੱਠੇ ਹੋ ਜਾਂਦੇ ਨੇ ਉੱਥੇ ਉਹਨਾਂ ਦੇ ਕਹਿੰਦੇ ਸਾਡੇ ਘਰ ਦੇ ਨੇ ਫਿਰ ਬੰਦੇ ਇੰਨੇ ਇਕੱਠੇ ਹੋ ਜਾਂਦੇ ਨੇ ਇੱਕੋ ਇੱਕ ਮੁੰਡਾ ਮੁਹੱਲੇ ਦਾ ਵਸਨੀਕ ਹੈ ਦਿਨੇਸ਼ ਸਲਵਾਨ ਅਤੇ ਕੁਲਚੇ ਦਾ ਕੰਮ ਹੈ ਉਹਦਾ ਸਿਰ ਪਾੜ ਦਿੰਦੇ ਫਿਰ ਮੁਹੱਲੇ ਵਾਲੇ ਇਕੱਠੇ ਹੁੰਦੇ ਨੇ ਫਿਰ ਜਾ ਕੇ ਪੁਲਿਸ ਆਉਂਦੀ ਹੈ ਅਤੇ ਫਿਰ ਜਾ ਕੇ ਇਹ ਹਾਲਾਤ ਬਣ ਗਏ ਸਾਡੇ ਰਹਿਣ ਵਾਲੀ ਜਗ੍ਹਾ ਵੀ ਸਾਡੀ ਰਹਿਣ ਵਾਲੀ ਨਹੀਂ ਰਹੀ ਨਹੀਂ ਰਹੀ ਇੰਨੇ ਹੋਟਲ ਬੰਦੇ ਪਏ ਨੇ ਉੱਥੇ ਇਸ ਵੇਲੇ ਵਸਨੀਕ ਦੀ ਉੱਥੇ ਜਗ੍ਹਾ ਰਹਿਣ ਵਾਲਾ ਵੀ ਉੱਥੇ ਹੋਵੇ ਬਿਲਕੁਲ ਜੀ ਬਿਲਕੁਲ ਲਾਉਂਦੇ ਬਿਲਕੁਲ ਕਿੱਥੇ ਲੱਗ ਸਕਦੀਆਂ ਇੱਕ ਹੋਟਲ ਦੇ ਬਾਹਰ ਜੇ 8 ਰੂਮ ਹੈ ਤੇ ਇੰਨੇ ਕਮਰੇ ਮਤਲਬ ਕੀ ਹੈਗੇ ਆ ਮੇਰਾ ਵਿਸ਼ਾਲ ਹੈ ਜੀ ਨਾਮ ਵਿਸ਼ਾਲ ਜੀ ਕਿਹੜੇ ਕਮਰੇ ਲਾਉਂਦੇ ਨੇ ਜਿੰਨਾ ਤੋਂ ਪ੍ਰੋਬਲਮ ਆ ਲਿਆ ਕਮਰੇ ਤਾਂ ਤੁਹਾਨੂੰ ਪਤਾ ਹੀ ਫਿਰ ਜਿੰਨੇ ਠੇਕੇ ਦੇ ਲੈਣਾ ਉਹਨੇ ਗੇਟ ਕਿਹੜੇ ਲਾਉਣੇ ਆ ਇਸ ਤਰ੍ਹਾਂ ਹੋਟਲ ਚੱਲਦੇ ਆ ਜੀ ਇੱਕ ਘਰ ਦਾ ਮੱਥਾ 25 ਫੁੱਟ ਹੋਊਗਾ ਅਤੇ ਕਿੰਨੀਆਂ ਗੱਡੀਆਂ ਬਾਹਰ ਲਾ ਲੂਗਾ ਜਾਂ 15 ਫੁੱਟ ਹੋਊਗਾ ਕਿੰਨੀਆਂ ਗੱਡੀਆਂ ਬਾਹਰ ਲਾ ਲੂਗਾ ਜੀ ਠੀਕ ਆ ਨਾ ਆਂਢ ਗੁਆਂਢ ਦੇ ਨਾਲ ਲਾ ਨਹੀਂ ਦੇਣੀ ਹਰ ਕਿਸੇ ਘਰ 'ਚ ਗੱਡੀ ਹੈ
ਤੇ ਗੱਡੀਆਂ ਤੋਂ ਲੈ ਕੇ ਮਸਲਾ ਜੀ ਸਾਰਾ, ਸੱਤ ਅੱਠ ਕਮਰੇ ਦੇ, ਫਿਰ ਗੱਡੀਆਂ ਇੰਨੀਆਂ ਵਾ, ਫਿਰ ਗੱਡੀਆਂ ਇਹਨਾਂ ਕੋਲ ਆਪਣੀਆਂ ਵੀ ਆ, ਫਿਰ ਉੱਪਰੋਂ ਰਹਿਣਾ ਵੀ ਟੌਰ ਨਾਲ, ਇਸ ਤਰ੍ਹਾਂ ਗੱਲ ਨਹੀਂ ਚੱਲਦੀ ਆਪਣੀ। ਕਲੇਸ਼ ਭਾਜੀ ਫਿਰ ਟੋਟਲੀ ਗਲਤ ਹੈ ਜੀ, ਟੋਟਲੀ ਗਲਤ ਹੈ, ਟੋਟਲੀ ਗਲਤ ਹੈ, ਇਹ ਤਾਂ ਅਸੀਂ ਕਹਾਂਗੇ ਨਹੀਂ ਵੀ ਉੱਥੋਂ ਆ ਉੱਥੋਂ ਆ, ਟੋਟਲੀ ਗਲਤ ਹੈ ਜੀ। ਰੈਜੀਡੈਂਸ਼ੀਅਲ 'ਚ ਤੁਸੀਂ ਹੋਟਲ ਬਣਾ ਕੇ ਇਸ ਤਰ੍ਹਾਂ ਨਹੀਂ ਰਹਿ ਸਕਦੇ।